ਤਾਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪੰਚਾਇਤੀ ਜ਼ਮੀਨ ਤੇ ਕਈ ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਕਿਸੇ ਕਾਰਨ ਪਿੰਡ ਦੇ ਸਰਪੰਚ ਵੱਲੋਂ ਉਹ ਥਾਂ ਖਾਲੀ ਕਰਵਾਉਣ ਨੂੰ ਕਿਹਾ ਜਾਂਦਾ ਹੈ, ਜਿਸ ਮਗਰੋਂ ਪਿੰਡ ਦੋ ਧਿਰਾਂ 'ਚ ਵੰਡਿਆ ਜਾਂਦਾ ਹੈ ਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਦਾ ਹੈ। ਤੁਹਾਨੂੰ ਦੱਸ ਦਈਏ ਕਿ ਮਾਮਲਾ ਭਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਬਾਰੇ ਹੋਰ ਦੱਸਦਿਆਂ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ, ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਹਾਂਜੀ ਬੇਬੇ, ਕੀ ਨਾਮ ਹੈ ਤੇਰਾ? ਮੇਰਾ ਨਾਮ ਸ਼ੀਲਾ ਹੈ ਜੀ। ਕੀ ਗੱਲਬਾਤ ਹੋ ਗਈ ਬੇਬੇ? ਬਾਈ ਸਾਡੇ ਤਾਂ ਸਾਰੇ ਛੱਪਰ ਪੱਟਤੇ ਵੀਰੇ, ਸਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ, ਨਿੱਕੇ ਨਿੱਕੇ ਬੱਚੇ ਤੜਫਦੇ ਫਿਰਦੇ ਆ, ਨਾ ਪਾਣੀ ਨਾ ਰੋਟੀ ਨਾ ਸਵੇਰ ਦੇ। ਮੋਟਰ ਤੀ ਪੰਚਾਇਤੀ ਮੈਂ ਉੱਥੇ ਸਰਪੰਚਾਂ ਨਾਲ ਲਵਾਈ ਹੋਈ, ਉਹ ਵੀ ਪੰਡ ਕੇ ਲੈ ਗਏ, ਕਿਉਂ ਕੱਢਿਆ ਗਿਆ ਪਾਣੀ ਪੈ ਗਏ। ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ, ਕੀ ਬੁਰਾ ਕਰਿਆ ਹੈਗਾ ਸਾਡੇ ਨਾਲ। ਸਵੇਰ ਦੇ ਸਾਨੂੰ ਤਾਂ ਮਾਰ ਰੱਖੇ ਹੈਗੇ। ਕਿੱਥੇ ਰਹਿੰਦੇ ਤੁਸੀਂ? ਹਾਂ ਇੱਥੇ ਬੈਠੇ ਆ ਮੰਡੀ ਦੇ ਸਹਾਰੇ, ਟੋਬੇ 'ਚ ਪਰਸ ਪਾ ਕੇ ਬਿਠਾਏ ਸਾਨੂੰ। ਹਾਂ ਪਹਿਲਾਂ ਮਿੱਟੀ ਫਿਰ ਪਵਾਤੀ, ਫਿਰ ਸਾਡੀ ਵੋਟਾਂ ਵੀ ਬਣਾ ਦਿੱਤੀਆਂ ਜੀ। ਹੁਣ ਸਾਨੂੰ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ, ਸਾਡਾ ਬਹੁਤ ਬਹੁਤ ਬੁਰਾ ਹਾਲ ਹੋ ਰਿਹਾ, ਅਸੀਂ ਤਾਂ ਮਰ ਰਹੇ ਹੈਗੇ। ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿਤੇ? ਕਿੱਥੇ ਨਹੀਂ ਦਿੱਤੀ ਹੈਗੀ, ਕਿੱਥੇ ਨਹੀਂ ਬਿਠਾ ਰਹੇ ਹੈਗੇ। ਜਿੱਥੇ ਪੈਂਦੇ ਸ਼ੂਏ ਤੇ ਬਿਠਾਵਾਂਗੇ, ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ। ਕਿੰਨੇ ਸਮੇਂ ਤੋਂ ਉੱਥੇ ਬੈਰੀ ਸੀ? ਪੰਚਾਇਤੀ ਜ਼ਮੀਨ ਸੀ ਉਹ? ਹਾਂ ਪੰਚਾਇਤੀ ਜੀ, ਟੋਬੇ 'ਚ ਮਰਤ ਪਵਾਇਆ ਸੀ। ਹਾਂ ਪੰਚਾਇਤੀ ਜ਼ਮੀਨ ਸੀਗੀ ਜੀ, ਪੰਚਾਇਤੀ ਸੀਗੀ ਜੀ, ਸਾਨੂੰ ਕਹਿ ਕੇ ਪਰਸ ਪਵਾਇਆ ਸੀ, ਵਿਆਜ ਤੇ ਪੈਸੇ ਚੱਕ ਕੇ ਪਰਸ ਪਵਾਇਆ ਜੀ। ਠੀਕ ਆ, ਹੁਣ ਤੁਹਾਨੂੰ ਕੀ ਕਹਿ ਕੇ ਉੱਥੋਂ ਉਠਾਇਆ ਗਿਆ ਤੁਹਾਨੂੰ? ਸਾਨੂੰ ਕੁਛ ਨਹੀਂ ਕਿਹਾ, ਕਹਿੰਦੇ ਉੱਠ ਜਾਓ। ਹਾਂ ਅਸੀਂ ਕਹਿੰਦੇ ਵੀ ਸਾਨੂੰ ਠਿਕਾਣਾ ਦੇ ਦਿਓ, ਹੋਰ ਕੋਈ ਮੰਗ ਨਹੀਂ ਸਾਨੂੰ ਚਾਹੀਦੀ, ਸਾਡਾ ਹੀਲਾ ਕਰ ਦਿਓ ਬਿਠਾਉਣ ਦਾ, ਬੱਚੇ ਸਾਡੇ ਰੁਲਦੇ ਫਿਰਦੇ ਆ, ਪੌਦਾ ਮਹੀਨਾ ਵੀਰ ਜੀ ਸਾਡਾ ਕੋਈ ਹੱਲ ਕਰ ਦਿਓ, ਤੁਹਾਡੇ ਪੈਰਾਂ ਵਰਗੇ ਆ ਜੀ। ਕੀ ਨਾਮ ਹੈ ਤੁਹਾਡਾ, ਕੀ ਮਸਲਾ? ਮੁੰਦਰੀ ਹੈ ਜੀ ਨਾਮ ਮੇਰਾ, ਅਸੀਂ ਪੱਟੀਆਂ ਕਲਾਂ 'ਚ ਰਹਿ ਰਹੇ ਹਾਂ, ਪਹਿਲਾਂ ਕਾਫੀ ਸਮੇਂ ਤੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਰੇ, ਜਦ ਦੇ ਹੀ ਰਹਿ ਰਹੇ ਹਾਂ, ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਉਰੋਂ। ਪੱਟੀ ਵਾਲ ਕਲਾਂ ਦੇ ਵਿੱਚ ਅਸੀਂ ਅਨਾਜ ਮੰਡੀ ਦਾ, ਅਨਾਜ ਮੰਡੀ ਦੇ ਲਵੇ ਜਗ੍ਹਾ ਹੈ ਸ਼ਾਮਲਾਟ ਪੰਚਾਇਤੀ, ਉੱਥੇ ਰਹਿ ਰਹੇ ਹਾਂ ਟੋਬਾ। ਅੱਛਾ, ਹੁਣ ਕੀ ਕੀ ਕਿਉਂ ਠਾਲ ਦਿੱਤਾ, ਕੀ ਦਲੀਲ ਕੀ ਦਿੱਤੀ ਉਹਨਾਂ ਨੇ? ਉਹ ਤਾਂ ਬਸ ਇੱਦਾਂ ਹੀ ਕਹਿੰਦੇ ਨੇ ਬਈ ਹੁਣ ਤੁਸੀਂ ਉੱਠ ਜਾਓ ਉਰੋਂ, ਬਈ ਅਸੀਂ ਮੰਦਿਰ ਬਣਾਉਣਾ, ਹੁਣ ਸਾਡਾ ਸਮਾਨ ਖੇਤਾਂ 'ਚ ਰੁਲ ਰਿਹਾ ਜੀ, ਛੋਟੇ ਛੋਟੇ ਬੱਚੇ ਆ ਜੀ ਰੁਲ ਰਹੇ ਨੇ, ਸਾਡੇ ਪਰੂਫ ਸਾਡੇ ਉਰੇ ਦੇ ਨੇ, ਅਸੀਂ ਬਸਤੀ ਪੱਟੀ ਵਾਲ ਕਲਾਂ ਦੇ ਹਾਂ। ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ, ਹਾਂ ਅਸੀਂ ਛੋਟੇ ਛੋਟੇ ਹੁੰਦੇ ਦੇ ਉਰੇ ਹੀ ਪਲੇ ਹਾਂ, ਉਰੇ ਜੰਮੇ ਹਾਂ ਜੀ ਅਸੀਂ। ਕੋਈ ਸਮਾਂ ਨਹੀਂ ਦਿੱਤਾ? ਸਮਾਂ ਕੋਈ ਸਮਾਂ ਨਹੀਂ ਦਿੱਤਾ ਜੀ, 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ, ਕੋਈ ਸਮਾਂ ਨਹੀਂ ਦਿੱਤਾ, ਉਦੋਂ ਬਾਅਦ ਪੱਟ ਕੇ ਸਮਾਨ ਸਾਡਾ ਬਾਹਰ ਮਾਰਿਆ ਜੀ। ਪਿੰਡ ਦੇ ਵਾਸੀ ਹੋ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਦੀ? ਕੋਈ ਪਤਾ ਨਹੀਂ ਇਹ ਗੱਲ ਦਾ ਵਿੱਚ ਕੀ ਕਹਿ ਰਹੇ ਨੇ ਕੀ ਨਾ, ਬਈ ਕੀ ਬਣੂਗਾ, ਠੀਕ ਹੈ ਨਾ, ਸਾਨੂੰ ਮਤਲਬ ਕਿ ਧੱਕੇ ਸਹੀ ਕੀਤੀ ਹੈ ਉਹਨਾਂ ਨੇ। ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਹੋਈ ਹੋਵੇ? ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ, ਫਿਰ ਉਦੋਂ ਵੀ ਵਿਰੋਧ ਕਰਨ ਲੱਗ ਗਏ, ਜਵਾਬ ਦੇ ਤਾ ਸਾਨੂੰ ਉਹਨਾਂ ਨੇ ਸਰਪੰਚ ਸਾਹਿਬ ਨੇ, ਹੁਣ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ, ਛੋਟੇ ਛੋਟੇ ਸਾਡੇ ਬੱਚੇ ਆ ਜੀ, ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਜੀ ਸਾਡੇ, ਹੁਣ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ। ਮੁਖਤਿਆਰ ਸਿੰਘ ਹੈ ਜੀ, ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਹੈ ਜੀ, ਅੱਜ ਮੇਰੀ ਭਰਜਾਈ ਗੁਜ਼ਰ ਕੀਤੀ ਉਹਦੇ ਫੁੱਲ 'ਤੇ, ਉਹਦੇ ਫੁੱਲਾਂ ਵੇਲੇ ਜਦ ਉੱਥੇ ਫੁੱਲ ਚੁੱਕਣ ਗਏ, ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਦੇ ਘਰ ਨੂੰ ਆਪਦੇ ਘਰੇ ਲੈ ਗਿਆ, ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾ ਤੀ। ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰ ਰੱਖੀਆਂ ਨੇ ਇਹ ਸਰਪੰਚ ਨੇ। ਜੇ ਮੈਂ ਇਹਦੇ ਥਾਣੇਦਾਰ ਸਾਹਿਬ ਨੂੰ ਉੱਥੇ ਮੈਂ ਗਿਆ ਘਰ, ਪੁਲਿਸ ਵਾਲੇ ਵੀ ਉੱਥੇ ਖੜ੍ਹੇ ਤੇ, ਮੈਂ ਉੱਥੇ ਕਿਹਾ ਵੀ ਦਰਸ਼ਨਾ ਅੱਜ ਸਾਡੇ ਘੁਮਾਰਾਂ ਨਾਲੇ ਜ਼ੁਲਮ ਕਰ ਰਹੇ ਹੋ ਤੁਸੀਂ, ਮੋਟਰ ਕੱਢ ਲਈ ਉੱਥੇ, ਹੈਂ ਕੋਈ ਇਹਦਾ ਕੋਈ ਬਾਲੀ ਵਾਰ ਸੀ ਨਹੀਂ ਪਿੰਡ ਦਾ, ਤੁਸੀਂ ਤਾਂ ਅੱਧਾ ਪਿੰਡ ਖੱਖੜੀਆਂ ਕਰੇਲੇ ਕਰਤਾ। ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ 'ਤੇ ਪਰਚਾ ਦੇ ਦੇ, ਪਰਚਾ ਕਰਾ ਦੇ ਸਾਡੇ 'ਤੇ, ਜਿਹੜੀਆਂ ਅਰਜ਼ੀਆਂ ਦੇਣੀਆਂ ਨੇ ਦੇ ਦੇ। ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ
ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ, ਮੇਰੇ ਨਾਲ ਕਾਹਦਾ ਰੋਸਾ ਦੀ ਉਹਦਾ? ਹੈਂ, ਉਹਨੇ ਸਾਡੇ ਗਰੀਬਾਂ 'ਤੇ ਕਿਉਂ ਹਮਲਾ ਕਰ ਰਿਹਾ ਇਹ ਮੋੜ ਮੋੜ ਕੇ? ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹਿ ਰਿਹਾ ਸੀ ਅਤੇ ਉਹਨਾਂ ਨੂੰ ਠਾਇਗਾ, ਤੁਸੀਂ ਕਿਵੇਂ ਦੇਖਦੇ ਹੋ ਪਿੰਡ? ਮੈਂ ਆਪ ਦੇਖੇ ਨੇ ਜੀ ਠਾਇਆ 'ਤੇ, ਉਹ ਪਾਣੀ ਉਹ ਅੱਗੇ ਉਹ ਵਿਚਾਰੇ ਉੱਥੇ ਪਾਣੀ ਪੀ ਲੈਂਦੇ ਅਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ। ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਇਆ ਸੀ, ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲਏ ਮੋਟਰ, ਕਹਿੰਦਾ ਉਹ ਜਾਲੀ ਚੱਲਦੀ ਸੀ। ਮੈਂ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ, ਫੜੀ ਨਹੀਂ ਗਈ, ਹੁਣ ਫੜੀ ਜਾਂਦੀ ਅੱਜ ਘੁਮਾਰਾਂ ਦੇ ਬਾਜ਼ੀ ਨੂੰ। ਹਾਂਜੀ ਹਾਂ ਹਾਂ, ਇਹਨਾਂ ਰੋਸਾ ਤਾਂ ਬਾਗੜੀਆਂ ਨਾਲ ਹੋਊਗਾ, ਸਾਡੇ ਨਾਲ ਕਾਹਦਾ ਰੋਸਾ ਸੀ ਇਹਨਾਂ ਦਾ? ਇਹ ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ? ਕਿਉਂ ਲੋਕਾਂ ਨੂੰ ਪਾੜ ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀਆਲ ਨੂੰ? ਸਾਡੇ ਤਾਂ ਇਸ ਗੱਲ ਹੋਈ ਹੋ ਨਹੀਂ ਕਦੇ, ਜਿਹੜੀ ਅੱਜ ਬਰਬਾਦ ਸਾਡਾ ਪੱਟੀਆਲ ਹੋ ਰਿਹਾ ਕਾਹਦੇ ਬਾਰੇ ਹੋ ਰਿਹਾ ਇਹ? ਮੇਰਾ ਨਾਮ ਸਤਨਾਮ ਕੌਰ ਹੈ, ਪੰਚਾਇਤ ਮੈਂਬਰ ਹਾਂ ਮੌਜੂਦਾ ਮੈਂ। ਹਾਂ, ਪੱਟੀਆਲ ਕਲਾਂ ਤੋਂ। ਜਿਹੜਾ ਘਟਨਾਕ੍ਰਮ ਹੋਇਆ ਬਹੁਤ ਨਿੰਦਣਯੋਗ ਹੈ, ਬਹੁਤ ਘਟਨਾਕ੍ਰਮ ਇਹ ਬਹੁਤ ਗਲਤ ਹੋਇਆ। ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ, ਇੱਕ ਪਾਸੇ ਆਪਾਂ ਲੰਗਰ ਲਾਉਣ ਜਾ ਰਹੇ ਹਾਂ, ਬਹੁਤ ਪੁੰਨ ਦਾਨ ਕਰਦੇ ਹਾਂ, ਅਤੇ ਦੂਜੇ ਪਾਸੇ ਅੱਜ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ 'ਤੇ ਕਰਤੀ। ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ 'ਚ ਕਰ ਲੈਂਦੇ, 2 ਮਹੀਨੇ ਠਹਿਰ ਕੇ ਕਰ ਲੈਂਦੇ, ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ। ਅੱਜ ਇਹਨਾਂ ਤੋਂ ਸਿਰ ਤੋਂ ਛੱਤ ਚੱਕੀ ਗਈ ਹੈ। ਅੱਜ ਛੋਟੇ ਛੋਟੇ ਬੱਚੇ ਅੱਜ ਇੰਨੇ ਭਾਵਕਾਂ ਅਸੀਂ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਧਾ, ਬਹੁਤ ਇੰਨੇ ਭਾਵਕਾਂ ਕਿ ਆਪਣੇ ਆਪ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅੱਜ ਇਹਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸ ਤਾਂ ਜਿਹੜੀ ਹੈਗੀ ਇੱਕ ਸਾਈਡ ਹੈ, ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਅੱਜ ਇਨਸਾਨਾਂ 'ਤੇ ਇੰਨਾ ਜ਼ੁਲਮ ਕਰਨਾ, ਇੱਕ ਇਨਸਾਨ ਦੂਜੇ ਇਨਸਾਨ 'ਤੇ ਜ਼ੁਲਮ ਕਰ ਰਿਹਾ, ਇੱਕ ਪਾਸੇ ਆਪਾਂ ਪੁੰਨ ਕਰ ਰਹੇ ਹਾਂ, ਜੱਗ ਲਾ ਰਹੇ ਹਾਂ, ਲੰਗਰ ਚਲਾਉਣ ਦੀ ਕਰ ਰਹੇ ਹਾਂ, ਸ਼ਹੀਦੀ ਦਿਹਾੜਾ, ਉਹਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਣਯੋਗ ਹੈ। ਅਸੀਂ ਬਹੁਤ ਇਸ ਗੱਲ 'ਤੇ ਆਪਣੇ ਆਪ ਤੇ ਬਹੁਤ ਕਿਹਦੀ ਠੰਡ ਪੈ ਰਹੀ ਹੈ ਮੈਡਮ, ਇਹਨਾਂ ਦਾ ਜੇ ਘਰ ਜਾੜਿਆ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ? ਕੁਛ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ, ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਸ ਜਗ੍ਹਾ ਦੇ ਉੱਤੇ ਕੁਛ ਬਣਾਉਣਾ ਸੀ, ਇੱਕ ਟੋਭਾ ਰੋਕ ਕੇ ਸੱਥ ਦੀ ਜਗ੍ਹਾ, ਉਹ ਇਹਨਾਂ ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ, ਸਹਿਮਤੀ ਨਾਲ ਸਾਰਿਆਂ ਨੂੰ ਇਹ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ। ਚਲੋ ਇਹ ਵੀ ਬੈਠੇ ਨੇ ਗਰੀਬ, ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗ੍ਹਾ ਕੋਈ ਤੰਗੀ ਹੈ ਵੀ ਆਪਾਂ ਨੇ ਕੁਛ ਹੋਰ ਬਣਾਉਣਾ, ਤਾਂ ਇਹਨਾਂ ਵਾਸਤੇ ਕਿਤੇ ਜਗ੍ਹਾ ਦਾ ਪ੍ਰਬੰਧ ਕਰਕੇ ਫਿਰ ਹੀ ਇਹਨਾਂ ਨੂੰ ਚੱਕਣਾ ਸੀ। ਪਰ ਮੈਂ ਇੱਕ ਗਲਤ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਣਯੋਗ ਹੈ ਪ੍ਰਸ਼ਾਸਨ ਦੀ ਗੱਲ ਵੀ, ਉਹਨੇ ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮੁਹਲਤ ਦੇ ਦਿਉ 5 ਦਿਨ ਦੀ 10 ਦਿਨ ਦੀ ਵੀ, ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫਿਰ ਹੀ ਚੱਕਿਆ ਜਾਵੇ। ਕੋਈ ਟਾਈਮ ਨਹੀਂ ਦਿੱਤਾ, ਕੋਈ ਟਾਈਮ ਵੀਡੀਓ ਵੀ ਆ ਗਿਆ, ਇੱਥੇ ਪੁਲਿਸ ਪ੍ਰਸ਼ਾਸਨ ਵੀ ਆਇਆ, ਸਭ ਆਏ ਨੇ, ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ। ਅੱਜ ਚੱਕ ਕੇ ਇਹਨਾਂ ਦੀ ਪਿੰਡ ਦੀ ਵੋਟ ਬਣੀ ਹੋਈ ਹੈ, ਪਿੰਡ ਦੀ ਵੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ, ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ, ਮੇਰੇ ਮੈਰਿਜ ਹੋਈ ਨੂੰ ਮੈਂ ਬਹੁਤ ਚਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ, ਇੱਥੇ ਘੱਟੋ ਘੱਟ 10-12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ ਹਾਂ, ਇੱਥੇ ਇਹ ਬੱਚੇ ਜੰਮੇ ਪਲੇ ਨੇ, ਛੋਟੇ ਛੋਟੇ ਮੈਂ ਦੇਖ ਰਹੀ ਹਾਂ ਇੱਥੇ। ਇਹ ਤਾਂ ਸਮਾਨ ਇਹਨਾਂ ਦਾ ਕੱਟਤਾ, ਬਾਹਰ ਇਹਨਾਂ ਨੂੰ ਰਹਿਣ ਦਾ ਨਹੀਂ ਕੋਈ, ਇਹਨਾਂ ਦਾ ਕੋਈ ਰਹਿਣ ਦਾ ਜਗਾੜ ਨਹੀਂ। ਪ੍ਰਸ਼ਾਸਨ ਤੋਂ ਅਪੀਲ ਕਰਦੇ ਕਿ ਪ੍ਰਸ਼ਾਸਨ ਨੇ ਐਡੀ ਘਿਨਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ। ਜਦੋਂ SHO ਸਾਹਿਬ ਆਏ ਨੇ, BDO ਸਾਹਿਬ ਆਏ ਨੇ ਇੱਥੇ, ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲਾ ਕੀ ਹੋਊਗਾ, ਇੰਨੀ ਕੜਾਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ। ਛਿੰਦਰਪਾਲ ਮੈਂਬਰ, ਸਰਪੰਚ ਸਾਹਿਬ ਦਾ ਭਰਾ ਜੀ, ਮੈਂ ਨਾਲ ਹੀ ਰਹਿਣਾ ਹਰ ਟਾਈਮ, ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ। ਸਰਪੰਚ ਸਾਹਿਬ ਅੱਜ ਬਾਹਰ ਨੇਗੇ, ਜਿਸ ਕਰਕੇ ਤੁਹਾਡੇ ਨਾਲ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ, ਜੋ ਵੀ ਤੁਸੀਂ ਹੈ ਗੱਲਬਾਤ ਦੱਸ ਸਕਦੇ। ਜਿਹੜਾ ਪੱਟੀਆਲਾ ਕਲਾ ਜਿਹੜਾ ਬਾਗੜੀ ਲੋਹਾਰ ਦੇ ਭਾਈਚਾਰੇ ਨੂੰ ਜਿਹੜਾ ਪੰਚਾਇਤ ਜ਼ਮੀਨ ਤੋਂ ਕੱਢਿਆ ਜਾ ਰਿਹਾ ਹੈ, ਮਸਲਾ ਜੀ ਕੀ ਕਹਿਣਾ ਚਾਹੁੰਦੇ? ਮਸਲਾ ਇਹ ਜੀ, ਬਾਗੜੀ ਪਹਿਲਾਂ ਕਪਿਆਲ ਪਿੰਡ ਰਹਿੰਦੇ ਸੀ, ਉਸ ਤੋਂ ਬਾਅਦ ਨਾਰਾਇਣਗੜ੍ਹ ਰਹਿੰਦੇ ਸੀ, ਨਾਲ ਹੀ ਪਿੰਡ ਹੈਗਾ, ਅਤੇ ਇਹਨਾਂ ਦਾ ਕੰਮ ਕੀ ਸੀ, ਡੰਗਰ ਪਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡ ਦੇ ਵਿੱਚ ਛੱਡ ਦਿੰਦੇ ਸੀ, ਅਤੇ ਉਸ ਤੋਂ ਬਾਅਦ ਉੱਥੋਂ ਚਲੋ ਨਾਰਾਇਣਗੜ੍ਹ ਦੇ ਲੋਕਾਂ ਨੇ ਇਹਨਾਂ ਨੂੰ ਕੱਢਤਾ,
ਅਤੇ ਸਾਡਾ ਇੱਕ ਮੈਂਬਰ ਸੀ, ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ, ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ। ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ, ਪਿਛਲੇ ਮੰਡੀ ਦੇ ਸੀਜ਼ਨ 'ਚ ਕਹਿੰਦੇ ਵੀ ਸਾਡੇ ਉੱਪਰ ਕਰਜ਼ਾ ਪੈਂਦਾ, ਅਸੀਂ ਇਹਨਾਂ ਨੂੰ ਦੋ ਤਿੰਨ ਸਮੇਂ ਜਗ੍ਹਾ ਦਿਖਾਈ, ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ, ਉਰੀ ਰਹਿਣਾ। ਅਸੀਂ ਕਿਹਾ ਚਲੋ ਠੀਕ ਹੈ। ਹੁਣ ਮੈਟਰ ਕੀ ਸੀ, ਇੱਕ ਉੱਥੇ ਧਰਮਸ਼ਾਲਾ ਪਾਉਂਦੀ ਸੀ, ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ। ਇਹਨਾਂ ਨੂੰ ਇਹ ਕਹਿ ਦੀ ਵੀ 2 ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜਾਓ ਅੱਗੇ, ਅਤੇ ਇਹਨਾਂ ਦੀ ਜਿਹੜੀ ਜਗ੍ਹਾ ਮਿਣਤੀ ਦੇ ਵਿੱਚ ਪੂਰੀ ਹੋ ਜੂ। ਪਰ ਇਹ ਥੋੜ੍ਹੇ ਜਿਹੇ ਦੂਜੇ ਧੜੇ ਦੇ ਹੱਥ ਦੇ ਚੜ੍ਹ ਕੇ, ਐਂਟੀ ਪਾਰਟੀਆਂ ਦੇ ਚੜ੍ਹ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗ ਗਏ, ਲੋਕਾਂ ਕੋਲ ਉਹਨਾਂ ਨੂੰ ਮਤਲਬ ਕਿ ਉਲਟੀਆਂ ਗੱਲਾਂ ਕਰਨੀਆਂ। ਫਿਰ ਕੁਛ ਪਿੰਡ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿਹੜੇ ਵੱਲ, ਰਮਦਾਸੀਆ ਭਾਈਚਾਰੇ ਦੀ ਉੱਧਰ ਜਗ੍ਹਾ ਗਈ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ, ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ, ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ, ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤਾਂ ਉਰੀ ਆਉਣਾ ਹੈਗਾ, ਉਰੀ ਸੰਸਕਾਰ ਕਰਨਾ। ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਵੈਰ ਵਿਰੋਧ ਹੈ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ, ਤਾਂ ਕਰਕੇ ਲੋਕ ਇਹਨਾਂ ਦੇ ਉਲਟ ਹੋਏ ਹੋਏ ਨੇ। ਉੱਥੇ ਥੋੜ੍ਹਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ, ਅਤੇ ਇਹ ਬਸ ਥੋੜ੍ਹਾ ਜਿਹਾ ਮੈਟਰ ਹੈ, ਹੋਰ ਕਿਸੇ ਨੇ ਇਹਨਾਂ ਨੂੰ ਕੋਈ ਠਾਲਣ ਵਾਸਤੇ ਨਹੀਂ ਕਿਹਾ। ਅਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵਿਹੜੇ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜ੍ਹੀ ਜਿਹੀ ਤੂੰ ਮੈਂ ਹੋ ਗਈ ਸੀ। ਉਸ ਤੋਂ ਬਾਅਦ ਥਾਣੇ ਗੱਲ ਵਾ ਕਿ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ, ਪਿੰਡ ਦੇ ਵਿੱਚ ਹੋਰ ਵੀ 2-3 ਸਮੇਂ ਜਗ੍ਹਾ ਦਿਖਾਈ, ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ, ਆਪ ਹੀ ਮਨਾ ਕਰ ਦਿੰਦੇ ਨੇਗੇ। ਨਹੀਂ, ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਮਾਨ ਚੱਕ ਕੇ ਵਗ ਜਾਓ ਸਾਡੇ ਪਿੰਡੋਂ ਜਾਂ ਉਹ ਕਰੋ, ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇ। ਨਹੀਂ, ਉਹ ਜਿਹੜੇ ਘਰ ਚੱਕੇ ਨੇ ਉਹ ਸਰਪੰਚ ਨੇ ਤਾਂ ਨਹੀਂ ਚੱਕੇ ਹੈਗੇ, ਜਾਂ ਪੰਚਾਇਤ ਨੇ ਤਾਂ ਨਹੀਂ ਉਹਨਾਂ ਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ, ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਹਿੰਦੀ, ਜਾਂ ਥੋੜ੍ਹਾ ਜਿਹਾ ਅੱਗੇ ਨੂੰ ਹੋਣ ਵਾਸਤੇ। ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ ਵੀ ਉਹਨਾਂ ਨੂੰ ਕੋਈ ਘਰ ਵਗੈਰਾ ਦਿਵਾਉਂਦੇ? ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਹੈ, ਵੀ ਡੀ ਓ ਸਾਹਿਬ ਸਾਰੇ ਆਈ ਏ ਆਪਣਾ ਡਿਪਾਰਟਮੈਂਟ ਜੀ, ਜਗ੍ਹਾ ਇਹਨਾਂ ਨੂੰ 3 ਸਮੇਂ ਦਿਖਾਤੀ, ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰ ਹੀ ਨਹੀਂ, ਆਪਦੀ ਮਰਜ਼ੀ ਕਰਦੇ ਨੇ। ਦੂਜੇ ਕਹਿੰਦੇ ਸਾਨੂੰ ਸਰਕਾਰੀ ਪਲਾਟ ਕੱਟ ਕੇ ਦਿੱਤੇ ਜਾਣ, ਇਹ ਕੋਈ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੇ ਇੱਦਾਂ ਹੀ ਬੈਠਾ ਹੈਗਾ, ਕੋਈ ਕਿਰਾਏ 'ਤੇ ਬੈਠਾ, ਕੋਈ ਕਿਵੇਂ ਬੈਠਾ ਹੈ, ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ, ਕਿਉਂਕਿ ਉਹ ਜੇ ਅੱਜ ਇਹਨਾਂ ਨੂੰ ਦਿੰਦੇ ਇਹ ਤਾਂ ਹਜੇ 6 ਮਹੀਨਿਆਂ ਤੋਂ ਆਏ ਨੇ, ਉਹ 100 ਸਾਲ ਤੋਂ ਰਹਿੰਦੇ ਨੇ, ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦਿੱਤੇ ਅਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ, ਕਿਉਂਕਿ ਸਾਨੂੰ ਕੱਢਣ ਦੀ ਆੜ 'ਚ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਗਈ। ਨਹੀਂ ਨਹੀਂ, ਮੋਟਰ ਦਾ ਕੋਈ ਮੈਟਰ ਨਹੀਂ, ਮੋਟਰ ਉੱਥੇ ਲੱਗੀ ਹੋਈ ਸੀ, ਇਹ ਕੁੰਡੀਆਂ ਚਲਾ ਕੇ ਭਰਦੇ ਚਲਾਉਂਦੇ ਸੀ ਉਸਨੂੰ, ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜੁਰਮਾਨਾ ਤਾਂ ਪੰਚਾਇਤ ਨੂੰ ਪਊ, ਜੇ ਉਹ ਕੱਲ੍ਹ ਉਹਦੇ ਕੋਈ ਫੜਤ ਹੋ ਜਾਂਦੀ ਹੈ। ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਦਾ ਕੋਈ ਟੂਟੀ ਵਗੈਰਾ ਜਾਓ, ਪਾਣੀ ਦਾ ਪ੍ਰਬੰਧ ਜਿਵੇਂ ਮਰਜ਼ੀ ਕਰੋ। ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਆ ਫਿਰ? ਨਹੀਂ, ਪਿੰਡ ਵਾਸੀ ਕੋਈ ਨਹੀਂ ਹੈਗੇ ਜੀ। ਉਹ ਕਹਿੰਦੇ ਆਧਾਰ ਕਾਰਡ ਸਾਡਾ ਪਛਾਣ ਲੈਣਾ। ਆਧਾਰ ਕਾਰਡ ਤਾਂ ਉਹਨਾਂ ਦੇ ਬਾਪ ਦਾਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ, ਉਹ ਬਣਵਾ ਲੈਂਦੇ ਨੇ ਲੋਕ, ਅੱਜ ਕੱਲ੍ਹ ਸਾਰਾ ਕੁਛ ਚੱਲਦਾ ਹੀ ਰਹਿੰਦਾ ਗਾ, ਸਾਨੂੰ ਪਤਾ ਹੀ ਆ।